ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਡੀ ਯੂਟਿਊਬ ਚੈਨਲ ਅਤੇ ਫੇਸਬੁੱਕ 'ਤੇ ਸਵਾਗਤ। ਅੱਜ ਦੇ ਆਪਾਂ ਵੀਡੀਓ ਲੈ ਕੇ ਪਟਿਆਲੇ ਸ਼ਾਹੀ ਪੱਗ ਜੀ ਲੈਂਥ 6.5 ਮੀਟਰ ਕੱਪੜਾ ਆਪਾਂ ਫੁੱਲ ਵਾਲ ਵਰਤੇ ਆ, ਅਤੇ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਸਿਰ ਦੇ ਸੈਂਟਰ 'ਚੋਂ ਲਾ ਕੇ ਲੜਨ ਨੂੰ ਕੁੜੀ ਤੋਂ ਹੌਲੇ ਪਾਸੇ ਥੱਲੇ ਲਾ ਕੇ ਬੰਦ ਪਾਸਾ ਉਤਰਾ ਕੇ ਦੋਈ ਪੱਲਿਆਂ 'ਚੋਂ ਦੋਈ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਕੇ ਮੋਟਾਈ 'ਚ ਕਰਕੇ ਅਤੇ ਲੜ ਨੂੰ ਅੱਧੀ ਗੱਲ ਰੱਖ ਕਿਹੜਾ ਆਪਾਂ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ। ਅਗਲਾ ਜਿਹੜਾ ਆਪਾਂ ਲੜ ਲਾਉਣਾ ਲੜਨ ਨੂੰ ਬੈਗ ਤੋਂ ਪਿੰਚ ਕਰ ਲੈਣਾ ਹੈ, ਪੂਣੀ ਹੌਲੇ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਅਤੇ ਉਹਦੀ ਪੂਣੀ ਉਹ ਆਪਾਂ ਸੈੱਟ ਕਰਕੇ ਜਿਹੜਾ ਆਪਾਂ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ। ਚੰਗੀ ਤਰ੍ਹਾਂ ਆਪਾਂ ਲੜਨ ਨੂੰ ਸੈੱਟ ਕਰਕੇ ਅਤੇ ਲੜਨ ਨੂੰ ਲੋਡ ਕਰ ਲੈਣਾ ਹੈ। ਲੋਡ ਕਰਨ ਤੋਂ ਬਾਅਦ ਜਿਹੜਾ ਆਪਾਂ ਲੜਨ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਅਤੇ ਜਿੰਨਾ ਤੁਸੀਂ ਉਹਦਾ ਫਾਸਲਾ ਰੱਖਣਾ ਚਾਹੁੰਦੇ ਹੋ ਤੁਸੀਂ ਉਹਨਾਂ ਦਾ ਫਾਸਲਾ ਰੱਖ ਕੇ ਜਿਹੜਾ ਆਪਾਂ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ। ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜਨ ਨੂੰ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਹੌਲਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋਵੇਂ ਪੱਲਿਆਂ 'ਚੋਂ ਪਹਿਲੇ ਪੱਲੇ ਨੂੰ ਚਾਰਾ ਖੋਲ ਲੈਣਾ, ਦੂਜੇ ਪੱਲੇ ਨੂੰ ਆਪਾਂ ਮੋਟਾਈ ਵਾਲੇ ਪਾਸੇ ਨਾਲ ਜੋੜ ਕੇ ਅਤੇ ਲੜ ਨੂੰ ਇੱਕ ਵਾਰ ਫੋਲਡ ਕਰ ਲੈਣਾ। ਫੋਲਡ ਕਰਨ ਤੋਂ ਬਾਅਦ ਅਤੇ ਲੜਨ ਨੂੰ ਡਬਲ ਫੋਲਡ ਕਰ ਲੈਣਾ। ਡਬਲ ਫੋਲਡ ਕਰਨ ਤੋਂ ਬਾਅਦ ਉੱਤੋਂ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਅਤੇ ਜਿੰਨਾ ਤੁਸੀਂ ਆਪਾਂ ਦੂਜੇ ਲੜ ਤੋਂ ਬਾਅਦ ਰੱਖੇ ਉਹਨਾਂ ਆਪਾਂ ਤੀਜੇ ਲੜ ਤੋਂ ਮਾਰ ਲੜ ਰੱਖ ਕੇ ਜਿਹੜਾ ਆਪਾਂ ਲੜਨ ਨੂੰ ਲੋਡ ਕਰਕੇ ਅਤੇ ਸਾਫ਼ ਕਰਕੇ ਲਗਾ ਦੇਣਾ। ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਨੂੰ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਹੌਲਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋਈ ਪੱਲਿਆਂ 'ਚੋਂ ਪਹਿਲੇ ਪੱਲੇ ਨੂੰ ਜ਼ਿਆਦਾ ਖੁੱਲ੍ਹ ਕੇ ਦੂਜੇ ਪੱਲੇ ਨਾਲ ਆਪਾਂ ਮਿਠਾਈ ਵਾਲੇ ਪਾਸੇ ਨਾਲ ਜੋੜ ਕੇ ਅਤੇ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ। ਚੰਗੀ ਤਰ੍ਹਾਂ ਜਿਹੜਾ ਆਪਾਂ ਲੜਨ ਨੂੰ ਲੋਡ ਕਰਕੇ ਅਤੇ ਆਪਾਂ ਜਿਹੜਾ ਲੜਨ ਨੂੰ ਡਬਲ ਫੋਲਡ ਕਰਨਾ ਹੈ, ਡਬਲ ਫੋਲਡ ਕਰਕੇ ਅਤੇ ਲੜਨ ਨੂੰ ਜਿਹੜਾ ਉੱਤੋਂ ਵੀ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਅਤੇ ਥੱਲਿਓ ਵੀ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਅਤੇ ਲੜਨ ਨੂੰ ਸਾਫ਼ ਕਰਕੇ ਜਿੰਨਾ ਆਪਾਂ ਤੀਜੇ ਲੜ ਦਾ ਮਨ ਰੱਖੇ ਹੁੰਦੇ ਆਪਾਂ ਚੌਥੇ ਲੜ ਦਾ ਬੰਨ ਰੱਖ ਕੇ ਅਤੇ ਲੜਨ ਨੂੰ ਲੋਡ ਕਰਕੇ ਲਗਾ ਲੈਣਾ ਹੈ। ਅਗਲਾ ਲੜ ਵੀ ਆਪਾਂ ਇਸੇ ਤਰੀਕੇ ਨਾਲ ਲਗਾਉਣੇ ਹਨ, ਸਾਰੀ ਲੜ ਆਪਾਂ ਇਸੇ ਤਰੀਕੇ ਨਾਲ ਲਗਾਉਣੇ ਹਨ, ਪਰ ਇਹਨਾਂ ਵਿੱਚ ਜਿਹੜਾ ਆਪਾਂ ਫਰਕ ਇਹਨਾਂ ਦਾ ਜਿਹੜਾ ਆਪਾਂ ਫਾਸਲਾ ਉਹ ਸੈੱਟ ਸਹੀ ਰੱਖ ਬਰਾਬਰ ਰੱਖਣਾ ਹੈ ਅਤੇ ਇਹਨਾਂ ਦੀ ਮੋਟਾਈ ਜਿਹੜੀ ਆਪਾਂ ਉਹ ਬਰਾਬਰ ਰੱਖਣੀ ਹੈ। ਚੰਗੀ ਤਰ੍ਹਾਂ ਜਿਹੜਾ ਆਪਾਂ ਲੜਨ ਨੂੰ ਲੋਡ ਕਰਕੇ ਅਤੇ ਅੱਖ ਲਓ ਜਿਹੜਾ ਲੜਨ ਨੂੰ ਫੋਲਡ ਕਰ ਦੇਣਾ ਹੈ, ਫੋਲਡ ਕਰਕੇ ਅਤੇ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਨਾ ਹੈ। ਫੋਲਡ ਕਰਨ ਤੋਂ ਬਾਅਦ ਅਤੇ ਡਬਲ ਫੋਲਡ ਕਰਕੇ ਜਿਹੜਾ ਆਪਾਂ ਲੜਨ ਨੂੰ ਚੰਗੀ ਤਰ੍ਹਾਂ ਉੱਤੋਂ ਸੈੱਟ ਕਰਕੇ ਅਤੇ ਥੱਲਿਓਂ ਜਿਹੜਾ ਲੜਨ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਜਿਹੜਾ ਲੜਨ ਨੂੰ ਸਾਫ਼ ਕਰਕੇ ਲਗਾ ਦੇਣਾ ਹੈ। ਅਗਲਾ ਲੜ ਵੀ ਇਸੇ ਤਰੀਕੇ ਨਾਲ ਲਾਉਣਾ ਹੈ, ਬਸ ਉਹਦੇ ਵਿੱਚ ਜਿਹੜਾ ਆਪਾਂ ਉਸ ਲੜ ਨੂੰ ਨਕਦੀ ਜਿਹੜਾ ਆਪਾਂ ਲੜਨ ਨੂੰ ਫੋਲਡ ਕਰਨਾ ਹੈ। ਅਤੇ ਆਪਾਂ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ, ਬੈਚ ਚੜਾਈ ਲਿਆ ਕੇ ਮੁੰਡੇ ਲਿਆ ਕੇ ਜਿਹੜੇ ਆਪਾਂ ਚੜਾਈ ਘਟਾ ਕੇ ਉਸ ਵਿੱਚ ਕੋਈ ਟੁੱਕ ਨਾ ਪਵੇ ਤਾਂ ਆਪਾਂ ਜਿਹੜੀ ਆਪਣੀ ਪੂਣੀ ਉਹ ਸੈੱਟ ਕਰ ਲੈਣੀ ਹੈ। ਪੂਣੀ ਸੈੱਟ ਕਰਨ ਤੋਂ ਬਾਅਦ ਅਤੇ ਇੱਕ ਵਾਰ ਜਿਹੜਾ ਲੜਨ ਨੂੰ ਨਕਲੀ ਜਿਹੜਾ ਲੜਨ ਨੂੰ ਫੋਲਡ ਕਰ ਦੇਣਾ ਹੈ। ਫੋਲਡ ਕਰਨ ਤੋਂ ਬਾਅਦ ਅਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜਨ ਨੂੰ ਸੈੱਟ ਕਰਕੇ ਅਤੇ ਸੇਫ ਸੈੱਟ ਕਰਕੇ ਜਿਹੜਾ ਆਪਾਂ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ। ਅਤੇ ਬਾਕੀ ਪੱਗ ਦੀ ਵੀਡੀਓ ਆਪਾਂ ਸੜੀ ਗਈ ਜਿਹੜੀ ਨਾਲ ਦੀ ਨਾਲ ਕਰ ਲੈਣੀ ਹੈ। ਅਤੇ ਹੁਣ ਜਿਹੜਾ ਆਪਾਂ ਆਵਾਜ਼ ਫੇਰਨਾ, ਸਭ ਤੋਂ ਪਹਿਲਾਂ ਜਿਹੜਾ ਆਪਾਂ ਥੱਲੜੇ ਲੜ ਕੇ ਜਿਹੜਾ ਚੰਗੀ ਤਰ੍ਹਾਂ ਆਵਾਜ਼ ਫੇਰ ਕੇ ਉਸਦੀ ਮੋਟਾਈ ਜਿਹੜੀ ਆਪਾਂ ਉਹ ਸੈੱਟ ਕਰ ਲੈਣੀ ਹੈ ਅਤੇ ਫਿਰ ਉਹਦਾ ਜਿਹੜਾ ਆਪਾਂ ਉਹ ਬਾਕੀ ਲੜਾਂ ਦੇ ਬਰਾਬਰ ਯਾਨੀ ਕਿ ਸੈੱਟ ਕਰਕੇ ਅਤੇ ਫਿਰ ਆਪਾਂ ਜਿਹੜਾ ਬਾਕੀ ਲੜਾਂ ਦਾ ਵੀ
ਜਿਹੜੇ ਆਪਣੇ ਲੜ ਨੇ ਉਹਨਾਂ 'ਚ ਵੀ ਜਿਹੜਾ ਆਪਾਂ ਆਵਾਜ਼ ਫੇਰ ਕੇ ਉਹਨਾਂ ਦੀ ਪ੍ਰੋਪਰ ਪ੍ਰੋਪਰ ਤਰੀਕੇ ਨਾਲ ਚੰਗੀ ਤਰ੍ਹਾਂ ਜਿਹੜੇ ਆਪਾਂ ਉਹਦੇ ਆਵਾਜ਼ ਫੇਰ ਕੇ ਉਹਦੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ, ਅਤੇ ਨੋਕ ਤੋਂ ਲੈ ਕੇ ਪਿੱਛੇ ਤੱਕ ਚੰਗੀ ਤਰ੍ਹਾਂ ਜਿਹੜਾ ਆਪਾਂ ਆਵਾਜ਼ ਫੇਰ ਕੇ ਉਹਨਾਂ ਦੀ ਸਫਾਈ ਕਰ ਲੈਣੀ ਹੈ। ਅਤੇ ਬਾਕੀ ਪੰਜ ਜਿਹੜੀ ਆਪਾਂ ਸੈਟਿੰਗ ਉਹ ਜਿਹੜੇ ਨਾਲ ਦੇ ਨਾਲ ਕਰ ਲੈਣੀ ਹੈ। ਜਿਹੜਾ ਆਪਾਂ ਪੱਗ ਪਿੰਨ ਲਗਾਉਣਾ ਨੱਕ ਹੀ ਜਿਹੜਾ ਆਪਾਂ ਪੱਗ ਪਿੰਨ ਲਗਾਉਣਾ ਹੈ, ਨੱਕ ਦੀ ਜਿਹੜਾ ਆਪਾਂ ਪੱਗ ਪਿੰਨ ਲਗਾ ਕੇ ਜਿੱਥੇ ਆਪਾਂ ਛੇਵਾਂ ਲੜ ਫੋਲਡ ਕਰੀ ਉੱਥੇ ਜਿਹੜੇ ਵਲ ਰਹਿ ਜਾਂਦੇ ਉਹਨਾਂ ਨੂੰ ਆਪਾਂ ਖਿੱਚ ਕੇ ਥੱਲੇ ਵੱਲ ਨੂੰ, ਅਤੇ ਫਿਰ ਜਿਹੜਾ ਪੱਕਲ ਕੇ ਲੜ ਲਗਾਉਣਾ ਅੱਧਾ ਉੱਤੋਂ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਆਪਾਂ ਲੜ ਨੂੰ ਬੈਕ ਤੋਂ ਚੜਾਈ ਲਿਆ ਕੇ ਮੂਹਰੇ ਲਿਆ ਕੇ ਜਿਹੜੀ ਚੜਾਈ ਘਟਾ ਦੇਣੀ ਹੈ, ਅਤੇ ਉਸ ਵਿੱਚ ਚੰਗੀ ਤਰ੍ਹਾਂ ਜਿਹੜੇ ਆਪਾਂ ਵੱਲ ਨੂੰ ਕੱਢ ਕੇ ਅਤੇ ਲੜ ਨੂੰ ਲੋਡ ਕਰ ਲੈਣਾ ਹੈ। ਅਤੇ ਉਸ ਵਿੱਚ ਉਹ ਜਿਹੜੇ ਆਪਾਂ ਵੱਲ ਨੂੰ ਕੱਢ ਕੇ ਆਪਾਂ ਜਿਹੜਾ ਲੜ ਨੂੰ ਪੱਗ ਪਿੰਨ 'ਤੇ ਥੱਲੇ ਰੱਖ ਕੇ ਫਰੰਟ ਵੱਲ ਨੂੰ ਫੋਲਡ ਕਰ ਦੇਣਾ, ਅਤੇ ਫਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਹੋ ਅਤੇ ਜਿੰਨੀ ਉਸ ਵੱਲ ਉਹ 'ਚ ਵੱਲ ਪਾਉਣਾ ਚਾਹੁੰਦੇ ਤੁਸੀਂ ਆਪਣੇ ਹਿਸਾਬ ਨਾਲ ਜਿਹੜੇ ਆਪਣੇ ਉਹਦੇ ਵਿੱਚ ਵੱਲ ਪਾ ਕੇ ਅਤੇ ਉਹਦੀ ਚੜਾਈ ਰੱਖ ਕੇ ਅਤੇ ਉਸ ਨੂੰ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਹੈ। ਅਤੇ ਆਪਣੀ ਜਿਹੜੀ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਉਹ ਜਿਹੜੀ ਨਾਲ ਦੀ ਨਾਲ ਕਰ ਜਾਣੀ ਹੈ, ਅਤੇ ਜਿਹੜਾ ਆਪਾਂ ਸੈੱਟ ਕਰਨਾ ਜਿਹੜਾ ਆਪਾਂ ਪਹਿਲਾਂ ਲਈ ਸੈੱਟ ਦੇ ਸੈਂਟਰ 'ਚੋਂ ਉਹਨੂੰ ਆਪਾਂ ਬੈਕ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੋਂ ਪਾਸੇ ਨਾਲ ਫੈਲਾ ਕੇ ਅਤੇ ਆਪਣਾ ਜਿਹੜਾ ਸਿਰ ਕਵਰ ਕਰਨਾ ਹੈ, ਅਤੇ ਜਿੱਥੋਂ ਕਿਤੋਂ ਸਾਡਾ ਡੰਗਾ ਰਹਿ ਜਾਂਦਾ ਉੱਥੋਂ ਆਪਾਂ ਡਬਲ ਸ਼ੀਸ਼ੀਆਂ ਦੇਖ ਕੇ ਆਪਣਾ ਜਿਹੜਾ ਸਿਰ ਕਵਰ ਕਰਨਾ ਹੈ। ਅਤੇ ਜਿਹੜਾ ਆਪਾਂ ਸੈੱਟ ਟੱਕਣਾ ਉਹ ਪੂਰਾ ਚੰਗੀ ਤਰ੍ਹਾਂ ਜਿਹੜਾ ਆਪਾਂ ਸਫਾਈ 'ਚ ਅਤੇ ਟਾਇਟ ਟੱਕਣਾ ਹੈ, ਅਤੇ ਜਿਹੜਾ ਬੈਗ ਦਾ ਲੜ ਲਗਾਉਣਾ ਅੱਧਾ ਸੱਜੋ ਅੱਧਾ ਖੱਬੇ ਫੋਲਡ ਕਰਕੇ ਅਤੇ ਲੜ ਨੂੰ ਵੀ ਚੰਗੀ ਤਰ੍ਹਾਂ ਆਪਾਂ ਜਿਹੜਾ ਚੁੜਾਈ 'ਚ ਅਤੇ ਸਾਫ਼ ਕਰਕੇ ਲਗਾਉਣਾ ਹੈ। ਅਤੇ ਲੜ ਜੇ ਤੁਹਾਡਾ ਲੜ ਵਧ ਜਾਂਦਾ ਤੁਸੀਂ ਇੱਕ ਵਾਰ ਜਿਹੜਾ ਲੜ ਨੂੰ ਦੱਬ ਕੇ ਗਾਹਾਂ ਜਾ ਕੇ ਜਿਹੜਾ ਫੈਲਾ ਦੇਣਾ ਹੈ, ਅਤੇ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਉਹ ਜਿਹੜੀ ਨਾਲ ਜਾਣ ਕਰੀ ਜਾਣੀ ਹੈ। ਅਤੇ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ। ਵੀਡੀਓ ਦੇਖ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ